द खालस टीवी वेख रहे सारे दर्शकों का स्वागत है। हेडलाइंस के नाल मैं प्रीत कौर। अज दी खास खबर शुरू करने तो पहला पेश है अज का खालस विचार। असीं अपने गुस्से का शिकार सब तो पहला खुद ही हुंदे हां। हुण पेश ने अज दी खास खबरां। खपतकारां लई 11.60 रुपए प्रति यूनिट की दर नाल खरीदी 1800 मेगावाट बिजली CMD PSPCL A वेनू प्रसाद ने किया दावा। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸੰਕਟ ਉੱਤੇ ਦਿੱਤੀ ਸਰਕਾਰ ਨੂੰ ਸਲਾਹ। ਪੰਜਾਬ ਨੂੰ ਪਛਤਾਵੇ ਅਤੇ ਮੁਰੰਮਤ ਦੀ ਨਹੀਂ, ਨਿਗਰਾਨੀ ਅਤੇ ਹਾਲਾਤਾਂ ਮੁਤਾਬਕ ਤਿਆਰੀ ਕਰਨ ਦੀ ਹੈ ਲੋੜ। ਕੋਲਾ ਅਤੇ ਬਿਜਲੀ ਦਾ ਉਤਪਾਦਨ ਅਗਲੇ 3-4 ਦਿਨਾਂ ਵਿੱਚ ਹੋ ਜਾਵੇਗਾ ਸਮਾਨ, ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕੀਤਾ ਦਾਅਵਾ। ਲਖੀਮਪੁਰ ਖੀਰੀ ਘਟਨਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ 14 ਦਿਨਾਂ ਲਈ ਭੇਜਿਆ ਜੁਡੀਸ਼ੀਅਲ ਹਿਰਾਸਤ 'ਚ, ਜਾਂਚ ਵਿੱਚ ਨਹੀਂ ਕਰ ਰਿਹਾ ਸਹਿਯੋਗ। ਲਖੀਮਪੁਰ ਖੀਰੀ ਘਟਨਾ ਨੂੰ ਹਿੰਦੂ ਬਨਾਮ ਸਿੱਖ ਬਣਾਉਣ ਦੀ ਕੋਸ਼ਿਸ਼, ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਲਾਇਆ ਦੋਸ਼। ਸੋਸ਼ਲ ਮੀਡੀਆ ਸਾਈਟ ਟਰੈਕਟਰ ਟੂ ਟਵਿੱਟਰ ਨੇ ਆਪਣੇ ਹੈਂਡਲ ਉੱਤੇ ਇੱਕ ਤਸਵੀਰ ਸਾਂਝੀ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ਨੂੰ ਕੀਤਾ ਝੂਠਾ ਸਾਬਿਤ। ਖੱਟਰ ਨੇ ਲੋਕਾਂ ਦਾ ਬਹਾਨਾ ਲਾ ਕੇ ਸਿੰਘੂ ਤੇ ਟਿੱਕਰੀ ਬਾਰਡਰ ਬੰਦ ਹੋਣ ਦਾ ਲਾਇਆ ਸੀ ਬਹਾਨਾ, ਇਸ ਨੂੰ ਜਲਦੀ ਖੋਲ੍ਹਣ ਦਾ ਵੀ ਕੀਤਾ ਸੀ ਦਾਅਵਾ। ਤਸਵੀਰ 'ਚ ਕਿਸਾਨਾਂ ਵੱਲੋਂ ਰਸਤਾ ਨਾ ਘੇਰਨ ਦਾ ਹੋਇਆ ਖੁਲਾਸਾ। ਇੰਗਲੈਂਡ ਦੇ ਸ਼ਹਿਰ ਬਰਮਿੰਗਮ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦੇ ਬਾਹਰ ਲੋਕਾਂ ਵੱਲੋਂ ਲਖੀਮਪੁਰ ਖੀਰੀ ਘਟਨਾ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਾਈਆਂ ਲਾਹਨਤਾਂ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ 16 ਅਕਤੂਬਰ ਨੂੰ ਰੋਹਤਕ ਵਿੱਚ ਮਕਡੋਲੀ ਟੋਲ ਪਲਾਜ਼ਾ 'ਤੇ ਹੋਣ ਵਾਲੀ ਕਿਸਾਨ ਮਜ਼ਦੂਰ ਤਾਲਮੇਲ ਮਹਾਂਪੰਚਾਇਤ ਵਿੱਚ ਕਿਸਾਨਾਂ ਨੂੰ ਸਵੇਰੇ 10 ਵਜੇ ਪਹੁੰਚਣ ਦੀ ਕੀਤੀ ਅਪੀਲ। ਮੋਹਾਲੀ ਦੇ ਫੇਜ਼ 3B1 ਸਥਿਤ ਗੁਰਦੁਆਰਾ ਸਾਜਾ ਧੰਨ ਸਾਹਿਬ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਦੇ ਢੰਗ ਨਾਲ ਕੀਤਾ ਆਪਣੇ ਪੁੱਤ ਦਾ ਵਿਆਹ। ਮੁੱਖ ਮੰਤਰੀ ਆਪ ਗੱਡੀ ਚਲਾ ਕੇ ਪਹੁੰਚੇ ਗੁਰਦੁਆਰਾ ਸਾਹਿਬ। ਸਜ਼ਾ ਦੇ ਫੈਸਲਾ ਆਉਣ ਤੋਂ ਪਹਿਲਾਂ ਬਲਾਤਕਾਰੀ ਅਤੇ ਕਾਤਲ ਡੇਰਾ ਮੁਖੀ ਰਾਮ ਨੂੰ ਮਿਲਣਾ ਚਾਹੁੰਦਾ ਹੈ। ਆਪਣੀ ਮਾਂ ਅਤੇ ਹਨੀਪ੍ਰੀਤ ਨੂੰ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਕਰਾਰ ਹੈ ਰਾਮ ਰਹੀਮ। ਪੈਟਰੋਲ 30 ਪੈਸੇ ਅਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ। ਚੰਡੀਗੜ੍ਹ ਵਿੱਚ ਪੈਟਰੋਲ 100.24 ਰੁਪਏ ਅਤੇ ਡੀਜ਼ਲ 92.55 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸਮਾਪਤ। ਪੰਜਾਬ ਦੇ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਨੇ ਉਠਾਇਆ ਮੇਘਾਲਿਆ ਵਿੱਚ ਵੱਧਦੇ ਸਿੱਖਾਂ ਦਾ ਮੁੱਦਾ। ਮੇਘਾਲਿਆ ਕੈਬਨਿਟ ਵੱਲੋਂ ਥੇਮ ਲਿਊ ਮਾਲੋਂਗ ਇਲਾਕੇ ਪੰਜਾਬੀ ਲੇਨ ਵਿੱਚ ਰਹਿੰਦੇ ਸਿੱਖਾਂ ਨੂੰ ਦੂਜੀ ਥਾਂ ਵਸਾਉਣ ਦੀ ਤਜਵੀਜ਼ ਨੂੰ ਦਿੱਤੀ ਗਈ ਹੈ ਪ੍ਰਵਾਨਗੀ। ਟਰਾਂਸਪੋਰਟ ਵਿਭਾਗ ਗੁਰਦਾਸਪੁਰ ਨੇ ਜ਼ਿਲ੍ਹੇ ਵਿੱਚ ਬਿਨਾਂ ਟੈਕਸ ਬਿਨਾਂ ਟਾਈਮ ਤੋਂ ਚੱਲ ਰਹੀਆਂ ਵੱਡੇ ਘਰਾਂ ਦੀਆਂ ਨਿੱਜੀ ਕੰਪਨੀ ਦੀਆਂ 25 ਬੱਸਾਂ ਨੂੰ ਕੀਤਾ ਜ਼ਬਤ। NIA ਵੱਲੋਂ ਵਾਦੀ 'ਚ 16 ਸਥਾਨਾਂ 'ਤੇ ਮਾਰੇ ਗਏ ਛਾਪੇ 70 ਨੌਜਵਾਨ ਕੀਤੇ ਗ੍ਰਿਫਤਾਰ। ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਾਕੀ ਇੰਡੀਆ ਵੱਲੋਂ ਟੀਮ ਨੂੰ ਨਾ ਖਿਡਾਉਣ ਦੇ ਇੱਕ ਪਾਸੇ ਫੈਸਲੇ ਦੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕੀਤੀ ਨਿੰਦਾ। ਕਿਹਾ ਅਜਿਹਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਰਾਸ਼ਟਰੀ ਸੰਘ ਨੂੰ ਸਰਕਾਰ ਨਾਲ ਸਲਾਹ ਮਸ਼ਵਰਾ ਕਰਨਾ ਹੈ ਜ਼ਰੂਰੀ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਬੱਸ ਘਰ ਨਾਲ ਟਕਰਾਈ, 34 ਲੋਕ ਹੋਏ ਜ਼ਖਮੀ। ਏਅਰ ਇੰਡੀਆ ਦੇ ਇਤਿਹਾਸਿਕ ਨਿੱਜੀਕਰਨ ਤੋਂ ਬਾਅਦ ਹੁਣ ਭਾਰਤ ਸਰਕਾਰ ਅਲਾਇੰਸ ਏਅਰ ਸਮੇਤ ਆਪਣੀਆਂ 4 ਹੋਰ ਸਹਾਇਕ ਕੰਪਨੀਆਂ ਦੇ ਨਿੱਜੀਕਰਨ ਦਾ ਕੰਮ ਕਰਨ ਜਾ ਰਹੀ ਹੈ ਸ਼ੁਰੂ। ਅਲਾਇੰਸ ਏਅਰ ਤੋਂ ਇਲਾਵਾ 14,000 ਕਰੋੜ ਰੁਪਏ ਦੀ ਜ਼ਮੀਨ ਅਤੇ ਹੋਰ ਸੰਪਤੀਆਂ ਦਾ ਕੀਤਾ ਜਾਵੇਗਾ ਨਿੱਜੀਕਰਨ। ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਮੋਢੀ ਅਬਦੁਲ ਕਦੀਰ ਖਾਨ ਦਾ ਹੋਇਆ ਦੇਹਾਂਤ। 85 ਸਾਲਾ ਖਾਨ ਨੇ ਇਸਲਾਮਾਬਾਦ ਦੇ ਖਾਨ ਰਿਸਰਚ ਲੈਬੋਰਟਰੀ ਹਸਪਤਾਲ ਵਿੱਚ ਕੱਲ੍ਹ ਲਿਆ ਆਖਰੀ ਸਾਹ। ਚੀਨ ਦੇ ਦਬਾਅ ਅੱਗੇ ਨਹੀਂ ਟੇਕਾਂਗੇ ਘੁਟਨੇ, ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਕੀਤਾ ਦਾਅਵਾ। ਹੈਡਲਾਈਨਸ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।